ਮੇਰਾ ਨਾਂ ਜਸਵੀਰ ਕੌਰ ਹੈ। ਮੈਂ ਸਿੱਕਰੀ ਦੇ ਰਹਿਣ ਵਾਲੀ ਹਾਂ ਅਤੇ ਮੇਰੇ ਘਰ ਚੋਰੀ ਹੋ ਗਈ ਹੈ। ਮੈਂ ਆਪਣੀ ਦਰਾਣੀ ਘਰ ਗਈ ਸੀ, 7:30 ਵਜੇ ਗਈ ਹਾਂ, 8 ਵਜੇ ਮੈਂ ਘਰ ਆਈ ਹਾਂ। ਮੇਰੀ ਸੱਸ ਬਿਮਾਰ ਹੈ, ਉਹ ਪੈਰਾਂ ਤੋਰ ਨਹੀਂ ਸਕਦੀ। ਮੈਂ ਆਈ ਹਾਂ, ਕਹਿੰਦੀ 2 ਬੰਦੇ ਅੰਦਰ ਵੜੇ ਨੇ ਅਤੇ ਉਹ ਦੌੜ ਭੰਡ ਕਰ ਗਏ ਨੇ ਅਤੇ ਤੂੰ ਬਾਹਰ ਹੀ। ਮੈਂ ਬੜੀਆਂ ਆਵਾਜ਼ਾਂ ਮਾਰੀਆਂ, ਆਣ ਕੇ ਮੈਂ ਆਈ ਹਾਂ। ਮੈਂ ਬੜਾ ਰੌਲਾ ਪਾਇਆ, ਕੋਈ ਸਵੇਰ ਪੱਲੇ ਨਹੀਂ ਪਿਆ। ਮੇਰੇ ਸਾਰੀਆਂ 3 ਅਲਮਾਰੀਆਂ ਨੇ, ਕੱਖ ਨਹੀਂ, ਸਮਾਨ ਸਾਰਾ ਤੋੜ ਫੜ ਕਰ ਗਏ ਨੇ। ਕਿੰਨਾ ਕੁ ਨੁਕਸਾਨ ਹੋਇਆ? ਮੇਰਾ ਹੋ ਗਿਆ 1,00,000 ਰੁਪਏ ਦਾ ਨੁਕਸਾਨ ਹੋ ਗਿਆ। ਮੇਰੀਆਂ ਅਲਮਾਰੀਆਂ 1,00,000 ਰੁਪਏ ਦੀਆਂ ਸੀ, 3 ਅਲਮਾਰੀਆਂ। ਚੋਰੀ ਹੋਇਆ ਕੁਛ ਤੁਹਾਡਾ? ਚੋਰੀ ਥੋੜ੍ਹੇ ਜਿਹੇ ਪੈਸੇ ਸੀ ਅਲਮਾਰੀ 'ਚੋਂ ਨਿਕਲ ਗਏ ਨੇ। ਕਿੰਨੇ ਕੁ ਕਹਿ ਸਕਦੇ ਹਾਂ? ਮੈਂ ਉੱਦਾਂ ਹੀ ਧਾਕਮਾਈ ਥੋੜ੍ਹੀ ਜਿਹੀ ਰੱਖੀ ਸੀ। ਹਾਂਜੀ, ਹੋਰ ਕੋਈ ਗਹਿਣੇ ਵਗੈਰਾ? ਗਹਿਣੇ ਵਗੈਰਾ ਨਹੀਂ, ਅਜੇ ਤੱਕ ਮੈਂ ਕੁਛ ਨਹੀਂ ਘਰ ਰੱਖਿਆ ਸੀ, ਬਾਕੀ ਅਜੇ ਤੱਕ ਇੱਦਾਂ ਹੀ। ਕੀ ਮੰਗ ਕਰ, ਕੀ ਗੱਲ ਹੋਈ ਸਰ? ਅਸੀਂ ਸਾਰੀ ਫੈਮਿਲੀ ਗਏ ਸੀ ਕੱਲ੍ਹ ਟਾਂਡੇ ਮੂਵੀ ਦੇਖਣ, ਈਵਨਿੰਗ ਟਾਈਮ, ਅਤੇ ਅਸੀਂ ਘਰ ਆਏ ਆਪਣੇ, ਅਸੀਂ ਮੇਨ ਡੋਰ ਦਾ ਤਾਲਾ ਖੋਲ੍ਹਿਆ, ਜਦੋਂ ਅਸੀਂ ਆਪਣਾ ਮੇਨ ਜਿਹੜਾ ਆਹ ਲੱਕੜ ਵਾਲਾ ਦਰਵਾਜ਼ਾ ਖੋਲ੍ਹਿਆ ਤਾਂ ਲੋਕ ਟੁੱਟਾ ਹੋਇਆ ਸੀ, ਲੋਕ ਜਾਮ ਹੋ ਗਿਆ ਸੀ, ਲੋਕ ਖੁੱਲ੍ਹ ਨਹੀਂ ਰਿਹਾ ਸੀ। ਫਿਰ ਅਸੀਂ ਬਾਹਰ ਜਾ ਕੇ ਦੇਖਿਆ ਅਤੇ ਉੱਥੇ ਪੈਰਾਂ ਦੇ ਨਿਸ਼ਾਨ ਲੱਗੇ ਹੋਏ ਸੀ, ਅਤੇ ਪੌੜੀ ਸਾਡੀ ਉੱਧਰ ਪਈ ਸੀ, ਪੌੜੀ ਵੀ ਸਾਡੀ ਇੱਥੇ ਪਈ ਸੀ, ਇੱਥੋਂ ਕੋਈ ਟੱਪ ਕੇ ਉੱਧਰੋਂ ਲੰਘਿਆ ਅਤੇ ਉੱਧਰੋਂ ਹੀ ਆਇਆ, ਅਤੇ ਕੈਮਰੇ ਦੇ ਵਿੱਚ ਸਭ ਕੁਛ ਸ਼ੋਅ ਹੋ ਰਿਹਾ। ਅਤੇ ਅਸੀਂ ਇਹੀ ਚਾਹੁੰਦੇ ਕਿ ਸਾਨੂੰ ਇਨਸਾਫ ਮਿਲੇ, ਕਿਉਂਕਿ ਅਸੀਂ ਇਕੱਲੇ ਰਹਿੰਦੇ ਹਾਂ, ਲੇਡੀਜ਼ ਇਕੱਲੀਆਂ ਰਹਿੰਦੀਆਂ ਨੇ ਘਰ ਵਿੱਚ, ਉਸ ਚੀਜ਼ ਨੂੰ ਲੈ ਕੇ ਸਾਨੂੰ ਲੱਗਦਾ ਡਰ, ਕਿਉਂਕਿ ਸਾਡੀ ਫੈਮਿਲੀ ਪੇਸ਼ੈਂਟ ਹੈ। ਇਸ ਚੀਜ਼ ਨੂੰ ਲੈ ਕੇ ਸਾਡੇ ਮਨ ਵਿੱਚ ਬਹੁਤ ਡਰ ਹੈ, ਅਸੀਂ 100 ਥਾਂ 'ਤੇ ਇਕੱਲਿਆਂ ਨੇ ਜਾਣਾ ਹੁੰਦਾ ਹੈ, ਅਤੇ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਇਨਸਾਫ ਮਿਲੇ। ਹਫ਼ਤੇ ਬਾਅਦ, 10 ਦਿਨ ਬਾਅਦ ਚੋਰੀਆਂ 2-2 ਹੁੰਦੀਆਂ ਹੀ ਪਈਆਂ ਪਿੰਡ ਵਿੱਚ। ਇਹ 7:25 ਸਾਡੇ ਘਰ ਐਂਟਰ ਹੋਏ ਨੇ, ਕੈਮਰੇ 'ਚ ਅਸੀਂ ਦੇਖਿਆ, ਇਹ ਸ਼ੋਅ ਕਰ ਰਿਹਾ। ਨੁਕਸਾਨ ਨਹੀਂ ਸਾਡਾ, ਸਿਰਫ ਲੋਕ ਤੋੜਨ ਦੀ ਕੋਸ਼ਿਸ਼ ਕੀਤੀ ਹੈ, ਬਟ 12-14 ਮਿੰਟ। ਮੇਰਾ ਨਾਂ ਸਰਬਜੀਤ ਸਿੰਘ, ਮੈਂ ਇਸੇ ਪਿੰਡ ਦਾ ਵਸਨੀਕ ਹਾਂ। ਭਾਅ ਜੀ, ਇਹ ਨਾ ਕੱਲ੍ਹ ਕੋਈ 7:30 ਵਜੇ ਨਾ ਬੰਦੇ ਆਏ ਪਿੰਡ 'ਚ, 2 ਘਰਾਂ ਨੂੰ ਟਾਰਗੇਟ ਕੀਤਾ। ਇੱਕ ਤਾਂ ਆਹ ਭਾਅ ਜੀ ਸਾਡੇ ਨਾਲ ਖੜ੍ਹੇ ਸੁਖਬੀਰ ਸਿੰਘ, ਇਹਨਾਂ ਦੇ ਘਰ ਨੂੰ ਟਾਰਗੇਟ ਕੀਤਾ, ਇਹ ਟਾਂਡੇ ਗਏ ਹੋਏ ਸੀ, ਫੈਮਿਲੀ ਦਾ ਕੋਈ ਕੰਮ ਸੀਗਾ। ਇੱਕ ਆਪਣੇ ਦਰਾਣੀ ਦੇ ਘਰ ਗਈ ਹੋਈ ਸੀ, 15-20 ਮਿੰਟ ਵਾਸਤੇ ਉਹ ਗਏ ਨੇ ਘਰੋਂ। 15-20 ਮਿੰਟਾਂ ਵਿੱਚ 2 ਆਏ ਨੇ, ਚੋਰ ਆਏ ਨੇ, CCTV 'ਚ ਆ ਰਹੇ ਨੇ, ਪਰ ਉਹ ਥੋੜ੍ਹਾ ਕਲੀਅਰ ਨਹੀਂ ਆ ਰਹੇ। ਮਤਲਬ 20 ਮਿੰਟਾਂ ਦੇ ਵਿੱਚ ਉਹਨਾਂ ਨੇ ਉਹਨਾਂ ਦੇ ਘਰ, ਇਸ ਘਰ 'ਚ ਤੋਂ ਨੁਕਸਾਨ ਘੱਟ ਹੋਇਆ, ਦੂਸਰੇ ਘਰ ਜਿਹੜਾ ਸਰਦਾਰ ਜਸਵੀਰ ਕੌਰ ਦਾ ਜਿਹੜਾ ਘਰ ਹੈ, ਉਹਨਾਂ ਦੇ ਘਰ ਨੁਕਸਾਨ ਕਾਫੀ ਹੋਇਆ। ਮਤਲਬ ਉਹਨਾਂ ਨੇ 3-4 ਅਲਮਾਰੀਆਂ ਤੋੜ ਗਏ ਨੇ, ਕੋਈ ਉਹਨਾਂ ਦੇ ਸ਼ਾਇਦ ਕਹਿੰਦੇ ਸਵੇਰੇ ਦੇਖਿਆ ਸਾਡਾ ਇੱਕ ਪਰਸ ਗਿਆ ਸੀ, ਉਹਨਾਂ ਨੇ ਕੋਈ ਨਕਦੀ ਸੀ। ਮਤਲਬ ਕਾਫੀ, ਮਤਲਬ ਲੋਕਾਂ ਦਾ ਸਹਿਮ ਦਾ ਮਾਹੌਲ, ਉਹਨਾਂ ਦੀ ਮਾਤਾ ਬੈੱਡ 'ਤੇ ਸੀ, ਬੜਾ ਔਖਾ ਜਿਹਾ ਹੋ ਗਿਆ। ਪੁਲਿਸ ਪ੍ਰਸ਼ਾਸਨ ਦਾ ਇੱਦਾਂ ਜੇ, ਅਸੀਂ ਆਮ ਹੀ ਵੇਖਦੇ ਹਾਂ ਅੱਜ ਕੱਲ੍ਹ ਆਪਣੇ ਰੋਡ 'ਤੇ ਵੀ ਦੇਖਦੇ ਹਾਂ ਕਿ ਬਿਨਾਂ ਨੰਬਰ ਪਲੇਟ ਮੋਟਰਸਾਈਕਲ ਕਾਫੀ ਲੰਘਦੇ ਨੇ। ਆਮ ਪਿੰਡਾਂ ਵਿੱਚ ਵੇਖੀ ਤਾਂ ਕਈ ਇੱਦਾਂ ਦੇ ਮੁੰਡੇ ਆਉਂਦੇ ਜਿਹੜੇ ਸਾਨੂੰ ਪਹਿਚਾਣ 'ਚ ਨਹੀਂ ਆਉਂਦੇ, ਜਿੱਦਾਂ ਉਹ ਲੋਕਲ ਲੱਗਦੇ ਨਹੀਂ, ਨਾ ਉਹਨਾਂ ਲੋਕ, ਪਹਿਲੀ ਗੱਲ ਤਾਂ ਨੰਬਰ ਪਲੇਟ ਹੀ ਨਹੀਂ ਹੁੰਦੀ ਪਿੱਛੇ। ਜੇ ਪੁਲਿਸ ਥੋੜ੍ਹਾ ਜਿਹਾ ਸਖਤੀ ਕਰੇ ਅਤੇ ਆਪਣੀ ਆਈ ਤਾਂ ਆ ਜਾਵੇ ਪੁਲਿਸ, ਤਾਂ ਇਹਦਾ ਹੱਲ ਹੋ ਸਕਦਾ। ਡਿਮਾਂਡ ਇਹੋ ਹੈ ਜੀ।